ਨੀ ਲੁੱਤਰ ਨੀ ਕਾਲੀ ਜੀ ਵਾਲੀ ਲੁੱਤਰ ਤੂੰ ਮੈਨੂੰ ਕਦੇ ਪਹਿਲੀ ਦੇਖਿਆ ਨੀ ਮੈਨੂੰ ਤਾਂ ਲਾਈ ਰੱਖਦੀ ਆ ਤੂੰ ਮੈਂ ਤਾਂ ਕਹਿੰਦੀ ਦਾਤਾ ਜੀ ਮੇਰੀ ਗਰੀਬਣੀ ਦਾ ਪੱਲਾ ਤੇਰੇ ਅੱਗੇ ਪੱਲਾ ਮੈਂ ਭਲੀ ਮਾਨ ਬਹੁਤ ਮੈਂ ਕਦੇ ਬੋਲੀ ਨੀ ਪਤਾ ਹੀ ਆ ਮੇਰੇ ਮੂੰਹ ਵਿੱਚ ਜਵਾਨ ਹੈ ਨੀ ਅੱਛਾ ਇਹਨ ਤਾਂ ਮੈਨੂੰ ਤੰਗ ਕੀਤਾ ਪਿਆ ਮੈਨੂੰ ਤਾਂ ਆਉਂਦੀ ਕਹਿੰਦੀ ਤੈਨੂੰ ਤਾਂ ਮੈਂ ਖੂੰਜੇ ਲਾ ਦਊਂ ਹਾਇਆ ਨੀ ਮੈਂ ਤਾਂ ਕਹਿੰਦੀ ਦਾਤਾ ਜੀ ਇਹਦੀ ਐਡੀ ਕਾਲੀ ਜੀਭ ਦੇ ਵਿੱਚ ਪਲਾਸਟਿਕ ਦੇ ਕੀੜੇ ਪੈਣ ਪਹਿਲੇ ਪਹਿਲੇ ਬੁੜੀ ਟੱਕੀ ਰਹਿ ਜੇ ਤੇਰਾ ਮੂੰਹ ਨਹੀਂ ਚੰਗਾ ਤਾਂ ਗੱਲ ਚੰਗੀ ਕਰਿਆ ਕਰ ਮੈਂ ਕਸਮ ਮੈਨੂੰ ਕਹਿੰਦੀ ਆ ਹਾਸ਼ਗਰ ਲਾ ਕੇ ਬੈਠੀ ਰਹਿੰਦੀ ਆ ਮੈਂ ਜੋ ਤੁਹਾਡੇ ਘਰ 'ਚ ਨਵੀਂ ਪਹਿਲੀ ਆਈ ਆ ਨਾ ਤੂੰ ਕੀ ਕਰਦੀ ਫਿਰਦੀ ਆ ਕੀ ਗੱਲ ਹੋਈ ਨਾ ਬੁੱਢੇ ਠਹਿਰੇ ਆਹਾ ਆਹਾ ਕਾਲੀਆਂ ਸਲਵਾਰਾਂ ਐਡੀ ਐਡੀ ਜੁਲਫਾਂ ਕੱਢ ਕੇ ਫਿਰਦੀ ਆ ਆ ਬੁੱਲਾਂ ਤੇ ਲਿਪਸਟਿਕ ਮਣ ਮਣ ਲਾਈ ਫਿਰਦੀ ਆ ਨਾ ਤੈਨੂੰ ਕਿਹੜੀ ਜਵਾਨੀ ਚੜੀ ਆ ਕੁੜੀਏ ਉਹ ਵੀ ਇਸ ਉਮਰੇ ਹਾਏ ਨੀ ਕੁੜੀਏ ਕਾਹਨੂੰ ਹੋ ਕੇ ਦਵਾਨੀ ਆ ਕਾਹਦੇ ਜਵਾਨੀ ਯਾਦ ਕਰਾਉਣੀ ਆ ਜਿਹੜੇ ਕਾਲੀਆਂ ਸਲਵਾਰਾਂ ਲੈ ਕੇ ਦਿੰਦੇ ਆ ਨਾ ਸ਼ਿਕਾਰੀ ਹੋਣੀ ਉਹਨਾਂ ਨੂੰ ਪੁੱਛ ਚਿੱਟੇ ਕੁੜਤੇ ਪਜਾਮੇ ਪਾ ਕੇ ਘੁੰਮਦੇ ਆ ਕਿਹੜੀ ਸੀ
ਰਸਗੁੱਲੇ ਬਰਫੀ ਗੁਲਾਬ ਜਾਮਣ ਪਕੌੜੇ ਤੇ ਬੇਸਣ ਲੱਡੂ ਜਲੇਬੀਆਂ ਸਾਰੀ ਮਠਿਆਈ ਖਾਧੀ ਅਨਾਨਮਿਸੀ ਪਹਿਲਾਂ ਤਾਂ ਮੈਂ ਚਾਹ ਚਾਹ ਚ ਖਾ ਲਈ ਖਾ ਲਈ ਪਤਾ ਸਾਡਾ 12 ਵਜੇ ਤੋਂ ਬਾਅਦ ਲੱਗਾ ਕੀ ਹੋਇਆ ਪੁੱਤ ਦਿਵਾਲੀ ਸੀਗੀ ਸਾਡਾ ਜਦੋਂ ਘਰੋਂ ਤੁਰਿਆ ਜਿੰਨੀਆਂ ਰਾਤ ਕਬਰਾਂ ਆਈਆਂ ਮਠਿਆਈ ਇਕੱਠੀ ਕਰਦਾ 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 ਸਾਰਾ ਹੀ ਟੋਕਰਾ ਮੈਨੂੰ ਖੜਾ ਗਿਆ ਅੱਧੀ ਰਾਤ ਨੂੰ ਲੋਕਾਂ ਦੇ ਬੁੜੇ ਬੁੜੀਆਂ ਮੇਤੇ ਚੜੇ ਆ ਮਿੰਦਰ ਕੀ ਬੁੜੀ ਤਾਂ ਉਤਨ ਦਾ ਨਾਂ ਹੈ ਨਾ ਕਿਆ ਕਹਿੰਦੀ ਉਹ ਕਹਿੰਦੀ ਤੂੰ ਮੇਰਾ ਸਰਗੁੱਲਾ ਖਾਦਾ ਤੂੰ ਮੇਰਾ ਸਰਗੁੱਲਾ ਖਾਦਾ ਮੈਂ ਕਿਹਾ ਬੇਬੇ ਹੁਣ ਤਾਂ ਰਸ ਰਸ ਸਾਰਾ ਹੀ ਪਚ ਗਿਆ ਕੱਲਾ ਗੁੱਲਾ ਬਚੇ ਦੱਸ ਕੀ ਨਾ ਕਾਸ਼ਮ ਬਿਮਾਰੀ ਪੈਣਾ ਜਦੋਂ ਮੇਰੀ ਮਾਂ ਕੋਲ ਜਾਂਦਾ ਸੀ ਇਹ ਚਲੇ ਮੈਂ ਕੋਲ ਜਾਂਦਾ ਨਾਲੇ ਪੇ ਕੋ ਕੀ ਆ ਤੁਹਾਡੇ ਕੋ ਕਾਦਾ ਰੋਪ ਨੂੰ ਕਿਉਂ ਕੀ ਹੈ ਨਹੀਂ ਕੀ ਆ ਬੜੇ ਤਕੜੇ ਕਰਦੀ ਕੁੜੀਆਂ ਮੈਂ ਇਹ ਦੱਸ ਕਿੰਨੇ ਤਕੜੇ ਕਰਦੀ ਕਿੰਨੀ ਜ਼ਮੀਨ ਜਾਇਦਾਦ ਦਾ ਸਾਡੇ ਕੋਲੇ ਦੇ ਜਾ ਰਾਮ ਨਾ ਜ਼ਮੀਨ ਜਾਇਦਾਦ ਦੱਸਦੇ ਫੇ ਦੱਸਦੇ ਪਹਿਲੀ ਵਾਰ ਸੌਰੀ ਗਿਆ ਇਹਦਾ ਬੜਾ ਮੈਂ ਤੇ ਉੱਤੇ ਨੂੰ ਪਾਉਣ ਲੱਗ ਪਿਆ ਆਦੀ ਪੁੱਤ ਕਹਿੰਦਾ ਕਾਕਾ ਆਪਣੇ ਕੋ ਜ਼ਮੀਨ ਬਹੁਤ ਹੈ ਅੱਛਾ ਮੈਂ ਕਿਹਾ ਪਾਪਾ ਜੀ ਜ਼ਮੀਨ ਦਾ ਕੀ ਆ ਪੈਸੇ ਜੇਬ ਚ ਚਾਹੀਦੇ ਜਿੰਨੀ ਮਰਜ਼ੀ ਲੈ ਲਾ ਆਹੋ ਹੈ ਜ਼ਮੀਨ ਦਾ ਕੀ ਆ ਜ਼ਮੀਨ ਜਿੰਨੀ ਮਰਜ਼ੀ ਲੈ ਰੁਪਈਏ ਚਾਹੀਦੇ ਹਾਂ ਹਾਂ ਮੈਂ ਫੇ ਉੱਤੇ ਕਹਿਤਾ ਮੈਂ ਕਿਹਾ ਪਾਪਾ ਜੀ ਜ਼ਮੀਨ ਆਪਣੀ ਹੈਗੀ ਕਿੱਥੇ ਆ ਅੱਛਾ ਕਹਿੰਦਾ ਕੋਠੇ ਤੇ ਆ ਕੋਠੇ ਤੇ ਮੈਂ ਕਿਹਾ ਵੀ ਇੰਨੀ ਦੂਰ ਦੂਰ ਜ਼ਮੀਨ ਜਿਹੜੀ ਤੂੰ ਮੈਨੂੰ ਦਿਖਾ ਲੂੰਗਾ ਹਾਂ ਹਾਂ ਮੈਂ ਰਾਣਾ ਵੀ ਨਾਲੇ ਸਕਾਂ ਆਹੋ ਤੇ ਮੈਂ ਕਿਹਾ ਪਾਪਾ ਜੀ ਆ ਸਾਹਮਣੀ ਜ਼ਮੀਨ ਆਪਣੀ ਆ ਅੱਛਾ ਫੇਰ ਕਹਿੰਦਾ ਨਹੀਂ ਓਏ ਇਹ ਸ਼ਿੰਦਰ ਫਣਾ ਦੀ ਆ ਅੱਛਾ ਮੈਂ ਕਿਹਾ ਪਾਪਾ ਜੀ ਇੱਧਰ ਨਹੀਂ ਕਹਿੰਦਾ ਇਹ ਜਗਿੰਦਰ ਫਣਾ ਦੀ ਅੱਛਾ ਮੈਂ ਕਿਹਾ ਇੱਧਰ ਕਹਿੰਦਾ ਇਹ ਸ਼ੌਂਕੀ ਹੋਣਾ ਦੀ ਅੱਛਾ ਮੈਂ ਕਿਹਾ ਇੱਧਰ ਨਹੀਂ ਕਹਿੰਦਾ ਇਹ ਬੱਬੂ ਹੋਣਾ ਦੀ ਅੱਛਾ ਮੈਂ ਕਿਹਾ ਪਾਪਾ ਜੀ ਵੀ ਆਪਣੀ ਜ਼ਮੀਨ ਪਿੰਡੋਂ ਬਾਹਰ ਆ ਕਹਿੰਦਾ ਨਹੀਂ ਓਏ ਅੱਛਾ ਇੱਥੇ ਹੀ ਆ ਇੱਥੇ ਹੀ ਆ ਮੈਂ ਵੀ ਪਾਪਾ ਜੀ ਆ ਵੀ ਉਹਦੀ ਉਹ ਵੀ ਉਹਦੀ ਉਹ ਵੀ ਉਹਦੀ ਵੀ ਆਪਣੀ ਜ਼ਮੀਨ ਤੇਰੀ ਕਿੱਥੇ ਆ ਸਾਰੇ ਨੇ ਖੂੰਜੇ ਇਹਨੂੰ ਹੱਥ ਕਰ ਹਾਂ ਮੇਰਾ ਹਾਸਾ ਨਾ ਬੰਦ ਕਾਹਤੇ ਸਾਰੇ ਨੇ ਪਰਾਤ ਚ ਮਿੱਟੀ ਪਾ ਕੇ ਕਣਕ ਬੀਜੀ ਮੈਂ ਕਿਹਾ ਪਾਪਾ ਇੰਨੀ ਜ਼ਮੀਨ ਵੀ ਸਾਰੀਆਂ 7-8 ਕੰਬਾਈਨਾਂ ਪਰਾਤ ਚ ਫੈਲੀਆਂ ਤੇਰੇ ਨਾ ਕੱਲ ਸਭ ਬਿਮਾਰੀ ਪੈਣਿਆ ਮੈਂ ਤੁਹਾਡੇ ਭੁੱਖੇ ਨੰਗੇ ਕੋ ਹੈ ਵੀ ਕੀ ਸੀ ਆ ਤੁਹਾਡੇ ਸੋਚ ਪਾਂਡੇ ਨਹੀਂ ਸੀ ਮੈਂ ਹੀ ਦਾਜ ਲੈ ਕੇ ਆਈ ਸੀ ਮੈਂ ਹੀ ਕੁੱਤੀਏ ਅੰਦਰ ਜਾ ਕੇ ਦੇਖ ਸਾਰੀਆਂ ਸੈਲਫਾਂ ਖਾਲੀ ਆ ਜਿੱਥੋਂ ਲਿਆ ਕੇ ਦਿੱਤੇ ਪੂਰੀ ਗੁਰਦੁਆਰੇ ਵਾਲੀ ਪ੍ਰਬੰਧਕ ਕਮੇਟੀ ਸਾਰੇ ਭਾਂਡੇ ਗਿਣ ਕੇ ਲੈ ਕੇ ਗਈ ਕਹਿੰਦੇ ਸਾਰਿਆਂ ਨੂੰ ਲੰਗਰ ਲਾਉਣ ਨੂੰ ਦਿੱਤਾ ਇਹ ਸਾਰਿਆਂ ਨੇ ਗਾਹਾਂ ਦਾਜ ਦੇ ਦਿੱਤਾ 5-5 ਗਲਾਸ ਘੜਦੇ ਸੀ ਬੁੜੀਏ ਤੇਰੇ ਵਾਲੇ ਪੂਰੇ ਕਰਕੇ ਲਗਾਏ ਹੋ ਬਕਵਾਸ ਕਰਦੀ ਮੈਂ ਨਾ ਨਾ ਕਾਸ਼ਰ ਬਕਵਾਸ ਬਣਿਆ ਨਾ ਭਾਂਡੇ ਗੱਲ ਕਰਦਾ ਤੇਰੇ ਕੋਲ ਤਾਂ ਨਿਆਣੇ ਨੂੰ ਨਿਕਰਾਂ ਨਹੀਂ ਲੈ ਕੇ ਦੇ ਦਿੰਦੀਆਂ ਨਹੀਂ ਲੈ ਕੇ ਦਿੰਦੀਆਂ ਗਰਮੀ ਕਿੰਨੀ ਹਵਾ ਹਾਰੇ ਫੈਨ ਨਿਆਣੇ ਬਿਮਾਰ ਥੋੜੋ ਕਹਿੰਦੇ ਆ ਹਵਾ ਹਾਰਾ ਖੁੱਲਮ ਖੁੱਲ ਨਾ ਕਰ ਸੁਣ ਤੋ ਯਾਨੀ ਮਾਂ ਪੁੱਤ ਜੇ ਤੁਸੀਂ ਸੋਚੋ ਕਿ ਮੈਨੂੰ ਤੁਸੀਂ ਮੇਰੇ ਤੇ ਰੋਬ ਕੇ ਕਰੋ ਕਰ ਦੋ ਮੈਂ ਐ ਨਹੀਂ ਚੰਦੀ ਤੇਰੀ ਹੱਕ ਤੇ ਦੀਵਾ ਮਾਰ ਕੇ ਜੋ ਦੀਵਾ ਚਮੁਖੀਆ ਮਾਰੀ ਸਾਰੇ ਪਾਸੇ ਰੋਸ਼ਨੀ ਹੋਊਗੀ ਵੀਰ ਜੀ ਸਤਿ ਸ਼੍ਰੀ ਅਕਾਲ ਕੁੜੀਏ ਸਾਡੀ ਲੜਾਈ ਹੁੰਦੀ ਕੱਲ ਨੂੰ ਆਈ ਵੇ ਛੋਟੀ ਭੈਣਾ ਦਾਦੇ ਮਗਾਉਣੇ ਆ ਨਿੱਕੀ ਭੈਣਾ ਤੇਰੀ ਫਗਵਾੜੇ ਪੜਦੀ ਆ ਬੇਬੇ ਸ਼ਰਮ ਕਰ ਪਈ ਕਾਹਨੂੰ ਕਿਸੇ ਸਾਹਮਣੇ ਬੇਇੱਜ਼ਤੀ ਕਰਾਉਣੀ ਤੂੰ ਆਪਣੀ ਦਾਦੇ ਮਗਾਉਣੇ ਆ ਨਿੱਕੀ ਭੈਣਾ ਜਾਤਾ ਜੰਮਿਆ ਜਾਦੀ ਤਾਂ ਕੋ ਦੱਸੀ ਨਹੀਂ ਵੀ ਤੇਰੀ ਕੋ ਭੈਣ ਵੀ ਆ ਨਾਲੇ ਆਪਣੀ ਸਿਹਤ ਦੇਖ ਅੰਦਰ ਬੁੜੇ ਦੀ ਸਿਹਤ ਦੇਖ ਮੇਰੀ ਸਿਹਤ ਦੇਖ ਪਰ ਇਹ ਆ ਕ੍ਰੀਮ ਰੋਜ਼ ਹੀ ਰਾਤੋਂ-ਰਾਤੀ ਜਮਾ ਦਿੱਤਾ ਦਾਦੇ ਮਗਾਉਣੇ ਆ ਫਗਵਾੜੇ ਪੜਦੀ ਆ ਛੁੱਟੀਆਂ ਕੱਟ ਦਰਅਸਲ ਗੱਲ ਐਦਾਂ ਪੁੱਤ ਹੈ ਇਹ ਸਤਵਾਹੀ ਆ ਅੱਛਾ ਇਹਨੂੰ ਜੰਮਦੀ ਨੂੰ ਟੀਵੀ ਹੋ ਗਈ ਸੀ ਦਵਾਈਆਂ ਨਾਲ ਐਦਾਂ ਦੀ ਹੋ ਗਈ ਇਹਨੂੰ ਟੀਵੀ ਹੋ ਗਈ ਤਾਂ ਪਤਲੀ ਆ ਆਹੋ ਤੂੰ ਮੋਟੀ ਆ ਫਿਰ ਤੈਨੂੰ ਪੀਸੀਆਰ ਹੋਇਆ ਹੁਣ ਇਹਨੂੰ ਡੀਵੀਡੀ ਹੋ ਗਈ ਆ ਬੋੜਾ ਅੰਦਰ ਮੰਜੇ ਤੇ ਗਿੱਲੀਆਂ ਗਿੱਲੀਆਂ ਡੈਸਕਾਂ ਹਾਕਦਾ ਮੈਨੂੰ ਲੰਮੀਆਂ ਲੰਮੀਆਂ ਲੀਡਾਂ ਹੋ ਗਈਆਂ ਇੱਕ ਦੂਜੇ 'ਚ ਵਸਾਓ ਇੱਥੇ ਹੀ ਹੋਮ ਥੀਏਟਰ ਬਣਾਓ ਨਾ ਕੱਲ ਸੁਣ ਕੁੜੀਏ ਜਦੋਂ ਮੈਂ ਘਰ 'ਚ ਨਹੀਂ ਹੁੰਦੀ ਤੂੰ ਕੀ ਚੁਗਲੀਆਂ ਲਾਉਂਦੀ ਹੁੰਦੀ ਇਹ ਪੁੱਤ ਵੇ ਆ ਦੇਖ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਅੰਦਰ ਜੋੜ ਵੇ ਦਾਦੇ ਮਗਾਉਣੇ ਆ ਤੇਰੀ ਲੁਤਰੀ ਬੰਦ ਕਰ ਇਹ ਤੂੰ ਬੋਲਿਆ ਘੱਟ ਕਰ ਬੋਲਦੀ ਆ ਇੱਧਰ ਗੱਲ ਕਰ ਬਿਨਾਂ ਮੈਂ ਬੋਲਦੀ ਆ ਸਾਨੂੰ ਤਾਂ ਤੂੰ ਮੇਰਾ ਦਿਮਾਗ ਖਾਣੇ ਤੋਂ ਬੋਲਦੇ ਬੰਦ ਕਰ ਬੋਲਣੇ ਵਾਲੀ ਬੰਦ ਕਰ ਕਪੜਾ ਬੰਦ ਕਰ ਕਪੜਾ ਬੰਦ ਕਰ ਬੋਲਣੇ ਵਾਲੀ 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 ਬੰਦ ਕਰ ਬੋਲਣੇ
ਕਹਿਣੀ ਸ਼ੁਰੂ ਹੋ ਜਾਵੇ ਤੂੰ ਹਟਦੀ ਨਹੀਂ ਤੂੰ ਕਹਿੰਦੀ ਮੈਂ ਬੋਲ ਉਹਦਾ ਤਾਂ ਵਿਚੋਲਾ ਕਹਿੰਦਾ ਸੀ ਕੁੜੀ ਬੜੀ ਚੰਗੀ ਕੁੜੀ ਬੜੇ ਤਕੜੇ ਕਰਦੀ ਆ ਕੁੜੀ ਦੇ ਨਾਂ ਬੱਸ ਮੈਂ ਚੌੜਾ ਹੋ ਕੇ ਹਾਂ ਕਰਦੀ ਮੈਂ ਕਿਹਾ ਬੱਸ ਮੇਰੇ ਨਾਂ ਹੋ ਜਾਣੀ ਆ ਚਲਾਵਾਂਗੇ ਪੈਸੇ ਕਮਾਵਾਂਗੇ ਘਰ ਦਾ ਗੁਜ਼ਾਰਾ ਚੱਲੂ ਜਿੱਦਣ ਮੈਂ ਆਉਣ ਗਿਆ ਪਤਾ ਤਾਂ ਉਦਣ ਲੱਗਾ ਹਾਂ ਪੁੱਤ ਮੈਂ ਕਿਹਾ ਕੁੜੀ ਸੱਦੋ ਫੇਰਿਆ ਤੇ ਬਿਠਾ ਲਓ ਕਹਿੰਦੇ ਕੁੜੀ ਨੀ ਇੱਥੇ ਆ ਸਕਦੀ ਤੈਨੂੰ ਕੁੜੀ ਕੋਲ ਨੀ ਜਾਣਾ ਪੈਣਾ ਮੈਂ ਕਿਹਾ ਸਾਲੇ ਉਹ ਵੀ ਕਿਹੜੇ ਫੇਰੇ ਕਰਵਾਉਣ ਲੱਗੀ ਮੈਨੂੰ ਜਦ ਮੈਂ ਅੰਦਰ ਜਾ ਕੇ ਦੇਖਿਆ ਸਾਲੀ ਮੰਜੇ ਤੇ ਪਈ ਇੱਕ ਪਾਸੇ ਗੁਰੂ ਬੋਝ ਲੱਗਾ ਦੂਜੇ ਪਾਸੇ ਖੂਨ ਚੜੇ ਸਾਲੀ ਦੀ ਬਿਮਾਰੀ ਨਾਲੇ ਬਸ ਲੋਕੀ ਫੁੱਲਾਂ ਵਾਲੀਆਂ ਕਾਰਾਂ ਸ਼ਿੰਗਾਰ ਕੇ ਆਪਣੀਆਂ ਵਾਟੀਆਂ ਲੈ ਕੇ ਪੁੱਤ ਦੱਸਦੇ ਅਸੀਂ ਕੱਚ ਲੈ ਕੇ ਆਏ ਮੈਂ 108 ਨੰਬਰ ਤੇ ਐਂਬੂਲੈਂਸ ਨੂੰ ਫੋਨ ਕਰਕੇ ਢੂੰਡ ਐਂਬੂਲੈਂਸ ਵਿੱਚ ਆਇਆ ਉੱਤੋਂ ਸਾਰੇ ਨੇ ਗੁਰੂ ਕੋਚ ਵੀ ਮੈਨੂੰ ਫੜਾ ਲਿਆ ਇੱਕ ਹੱਥ ਮੇਰੇ ਗੁਰੂ ਕੋਚ ਦੂਜੇ ਹੱਥ ਮੇਰੇ ਖੂਨ ਕਿਰਪਾਨ ਮੈਂ ਕੱਚ 'ਚ ਲਈਏ ਮੋਹਰੇ ਦੋ ਨਰਸਾਂ ਖੜੀਆਂ ਚੌਥਾ ਮੇਰੀ ਸ਼ੇਰਬਾਨੀ ਦਾ ਨਾਲਾ ਢਿੱਲਾ ਉਹਨੇ ਐਡਾ ਬੜਾ ਟੀਕਾ ਭਰਿਆ ਜਦ ਮੇਰਾ ਨਾਲਾ ਥੱਲੇ ਨੂੰ ਹੋਵੇ ਮੇਰਾ ਸਾਰਾ ਦਿਲ ਟਾਂ ਟਾਂ ਫੇਰ ਪੁੱਤ ਮੈਂ ਕਿਹਾ ਜੇ ਸਾਰਾ ਪਜਾਮਾ ਮਾੜਾ ਜਾਂ ਥੱਲੇ ਨੂੰ ਹੋਇਆ ਟੀਕਾ ਮੇਰੇ ਠੁਕਣਾ ਹਾਰ ਕੇ ਬੇਬੇ ਜਦੋਂ ਹੋਚਕਾ ਜੇ ਪਿਆ ਕਰ ਮੈਂ ਢੋਜ ਹੀ ਲਾ ਲਿਆ ਕਹਿਣਾ ਪਿੱਛੇ ਪਜਾਮਾ ਨਹੀਂ ਥੱਲੇ ਹੋਣ ਸੱਚੀ ਗੱਲ ਵਿਚੋਲਾ ਕਿਤੇ ਮੇਰੇ ਹੱਥ ਆ ਜਾਵੇ ਵਿਚੋਲੇ ਦੀ ਮੈਂ ਇਹ ਰੇਲ ਬਣਾਉਣੀ ਹੈ ਨਾ ਇਹ ਰੇਲ ਬਣਾਉਣੀ ਦੇਖੀ ਸਹੀ ਕਿਤੇ ਬੇਬੇ ਹੋ ਜਾ ਪਰਾਂ ਤੇ ਤੂੰ ਕੀ ਆ ਤੂੰ ਤੀਵੀਂ ਨੀ ਹੈਗੀ ਤੂੰ ਆਏ ਹਾਂ ਆ ਪਾਦੀਆ ਮਾਰੀ ਇਹਨਾਂ ਕੋਲ ਨੂੰ ਲਿਆ ਕੇ ਤੂੰ ਘੜੀ ਵਿੱਚ ਇੱਕ ਥਾਂ ਕਰ ਬੂੰ ਬੂੰ ਕੱਲੇ ਕੱਲੇ ਦੇ ਸਿਰ ਤੇ ਪੱਤ ਬਰਾਉਣਾ ਤੂੰ ਬੇਬੇ ਮੇਰੀ ਗੱਲ ਸੁਣ ਇਹ ਬਿਮਾਰੀ ਪੈਣ ਦੇ ਮਗਰ ਲੱਗ ਕੇ ਤੈਨੂੰ ਬਾਹਲੇ ਮਾੜਾ ਚੰਗਾ ਬੋਲ ਬੈਠੀ ਬੇਬੇ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਤੁਹਾਡੇ ਪੈਰੀ ਹੱਥ ਲੱਗ ਗਈ ਆ ਦੇਖ ਲਾ ਤਾਤੇ ਮੰਗਾਉਣੀਆਂ ਸ਼ਰਮ ਨਹੀਂ ਇਹਦੀ ਕੋਲ ਜ਼ਬਾਨ ਮੰਗਾ ਖੜਾ ਕੀ ਕੰਮ ਕਰਦੀ ਸੁਣ ਬਹੂ ਨੇ ਪੈਰੀ ਹੱਥ ਲਾਇਆ ਗਲਤੀਆਂ ਮੰਨੀਆਂ ਤੇਰਾ ਸਾਰਾ ਕਸੂਰ ਵਾ ਪੀ ਕੇ ਹੈਦਾ ਕਰਦਾ ਮਰ ਜਾਣਿਆ ਆ ਦੇਖ ਲਾ ਬਹੂ ਨੇ ਗਲਤੀ ਮੰਨ ਲਈ ਪੈਰੀ ਹੱਥ ਲਾ ਦਿੱਤਾ ਜੱਫੀ ਪਾ ਲਈ ਕਾਲੀਏ ਠੰਡ ਪੈ ਗਈ ਠੰਡ ਪੈ ਗਈ ਮੇਰੇ ਵੀ ਠੰਡ ਪਾਓ ਸਾਲਿਓ ਮੈਂ ਘਰ ਨਹੀਂ ਫਿਰੀ ਜਾਂਦਾ ਓਏ ਨੀ ਮੈਂ ਬਾੜੀ ਆ ਜਾ ਛੇਤੀ ਮੈਂ ਸੱਤੇ ਪਾਲੇ ਠੰਡ ਆ ਤੇ ਨਾ ਆ ਗਿਆ ਸੜੀ ਉਬੜੀ ਜੇ ਤਾਂ ਗੋਹਾ ਖਾਧਾ ਹੁੰਦਾ ਤਾਤੇ ਮੰਗਾਉਣਿਆ ਜਦ ਗਿੱਲੇ ਤੋਂ ਚੱਕ ਕੇ ਸੁੱਕੇ ਪਾਉਂਦੀ ਸੀ ਜਦ ਨਾ ਮੁਸ਼ਕ ਹੋਇਆ ਜਮਾਇਆ ਪਾਲਿਆ ਪੜਾਇਆ ਲਿਖਾਇਆ ਐਡਾ ਬੜਾ ਕੀਤਾ ਵਿਆਹਿਆ ਬਰਿਆ ਜਦ ਨਾ ਮੁਸ਼ਕ ਹੋਇਆ ਜਮਾਇਆ ਪਾਲਿਆ ਮੈਂ ਤੈਨੂੰ ਚਿੱਠੀ ਪਾਈ ਸੀ ਮੈਨੂੰ ਜਮਾ ਤੇ ਮੈਂ ਕੋਠੇ ਤੇ ਬੈਠਾ ਸੀ ਤੇਰੇ ਹੀ ਜਮਣਾ ਤੇਰੇ ਹੀ ਜਮਣਾ ਤੇਰੇ ਹੀ ਜਮਣਾ ਓਏ ਬਲੂਗੜਾ ਜਮਾਣਾ ਦੀ ਲੈ ਪੜ੍ਹੀ ਲਿਖੀ ਮੰਡੀਰ ਸ਼ਰਮ ਨਹੀਂ ਆਉਂਦੀ ਇਹੀ ਜੇ ਪੜ੍ਹੀ ਲਿਖੀ ਮੰਡੀਰ ਨੂੰ ਜੇ ਕੋਈ ਮਾਂ ਪਿਓ ਕਹਿੰਦਾ ਪੁੱਤ ਆਹ ਸਿੱਧਾ ਰਸਤਾ ਇੱਧਰ ਨੂੰ ਜਾਓ ਉਲਟਾ ਕਹਿੰਦੇ ਸਾਨੂੰ ਜਮਾਇਆ ਕਾਹਨੂੰ ਸੀ ਦਾਤੇ ਮੰਗਾਉਣਿਆ ਤੁਹਾਨੂੰ ਦੁਨੀਆ ਦਿਖਾ ਲਈ ਜਨਤ ਦਿਖਾ ਲਈ ਅੱਛਾ ਦੁਨੀਆ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਮੈਂ ਅੰਨਾ ਮੈਂ ਤੇਰੇ ਮੋਢੇ ਜਾ ਕੇ ਪਸੂ ਮੈਂ ਮੇਰੀ ਗੱਲ ਸੁਣ ਇਹ ਬਿਮਾਰੀ ਕਣੇ ਨੇ ਦੀ ਭੁੱਖ ਤੂੰ ਅੰਦਰ ਚਲੀ ਜਾ ਮੈਂ ਚੁੱਲ੍ਹੇ 'ਚ ਦੁੱਧ ਰੱਖੀਆਂ ਕੰਮ ਕਰਨਾ ਜਾ ਕੇ ਦੇਖ ਲੈ ਤੂੰ ਬਣਾ ਅੱਜ ਕੱਲ੍ਹ ਦੀਆਂ ਬਹੂਆਂ ਪੀਲਾ ਜਿਹੀਆਂ ਹੁੰਦੀਆਂ ਚੁੱਲ੍ਹੇ ਤੋਂ ਪਤੀਲੀ ਚੱਕਣ ਲੱਗੀਆਂ ਵੀ ਕੰਬਦੀਆਂ ਨਿਆਣੇ ਅੱਜ ਕੱਲ ਦੋ ਮਾਂ ਪੇ ਨੀ ਰੱਖ ਸਕਦੇ ਉਹ ਦੋ ਮਾਂ ਪੇ ਦੇਖ ਲਾ 15 ਨਿਆਣੇ ਪਾਲ ਲੈਂਦੇ ਪੁੱਤ ਕਿਤੇ ਦੇਖ ਲਾ 20 ਕਿਲੋ ਦੁੱਧ ਰਿੜਕਣਾ ਚਾਟੀ ਦੇ ਵਿੱਚ ਕਿੱਦਾਂ ਏਦਾਂ ਲੱਤ ਰੱਖ ਕੇ ਏਦਾਂ ਦੇਖ ਲਾ ਕੁੱਜਾ ਭਰ ਕੇ ਮੱਖਣ ਦਾ ਨਿਕਲਣਾ
ਪੁੱਤ ਦੇਹੀ ਖਾਣੇ ਹੈ, ਲੱਸੀਆਂ ਨਾਲ ਨਹਾਣਾ ਹੈ, ਦੁੱਧ ਪੀਣੇ, ਘੇ ਖਾਣੇ। ਬੇਬੇ ਤੇਰੇ ਜਮਾਨੇ ਚ ਜਨਾਨੀਆਂ ਵੀ ਕੱਟਿਆ ਵਰਗੀਆਂ ਸੀ। ਸੱਚੀ ਗੱਲ ਵਾ, ਅੱਜ ਕੱਲ ਦੀਆਂ ਸਾਰੀਆਂ ਪੈਨਸਲਾਂ ਜੀ ਉਹ ਕਿੱਦਾਂ, ਉਹ ਵੀ ਸਿੱਕੇ ਤੋਂ ਬਗੈਰ ਗੱਲਾਂ ਖੋ ਲਈ ਘੁੰਮੀ। ਤੇਰੇ ਜਮਾਨੇ ਚ ਘੇ ਖਾਂਦੀਆਂ ਸੀ, ਲੱਸੀ ਪੀਂਦੀਆਂ ਸੀ, ਤਾਂ ਤਕੜੀਆਂ ਸੀ। ਆਹੋ ਅੱਜ ਕੱਲ ਦੀਆਂ ਕਿਆ ਖਾਊਗੀਆਂ, ਆ ਡਬ ਰੋਟੀ ਜੀ ਪਾੜ ਕੇ ਵਿੱਚ ਘਾਹ ਫੂਸ ਕੇ ਵਸਾ ਕੇ ਕੀ ਫੁੱਟ ਗੜ ਗੜ ਘੜੇ ਜਾਂਦਾ ਕੁਛ ਬਰਗਰ 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 ਉੱਦਾਂ ਇਹਨਾਂ ਦਾ ਮੂੰਹ ਇੰਨਾ ਕੁ ਹੁੰਦਾ ਬਰਗਰ ਖਾਣ ਵੇ ਲਿਓ ਭਾਵਾਂ ਰੇੜੀ ਵਾਲਾ ਭਾਈ ਵੀ ਮੂੰਹ 'ਚ ਹੀ ਰੱਖ ਲਿਓ। ਇਹ ਕੋ ਬਹੁ ਖਾਣੀਆਂ ਕੀ ਲੰਮੇ ਲੰਮੇ ਗੜੋਏ ਜਿਹੇ ਉਹ ਕੀ ਕਹਿੰਦੇ ਦਾਦੇ ਉਹ ਚਮਚੇ ਦੇ ਲਪੇਟ ਲਪੇਟ ਕੇ ਉਹ ਨੂਡਲ 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 ਇਹ ਨੂਡਲ ਮਾੜਾ ਜਿਹਾ ਮੂੰਹ 'ਚ ਰੱਖਦੀਆਂ ਸੂਟਾਂ ਖਿੱਚਦੀਆਂ ਨਿਊਡਲ ਸਾਰਾ ਧੁੰਨੀ ਕੋਲ ਜਾ ਕੇ ਰੱਖਦਾ। ਇਹ ਕੋ ਬਹੁ ਖਾਣੀਆਂ ਕੀ ਉਹ ਕੁਰਕੁਰੇ ਆਹੋ ਬਹੁਤ ਕੁਰਕੁਰੇ ਬਹੁਤ ਖਾਣੀਆਂ ਉਹ ਜਿੱਦਾਂ ਦਾ ਕੁਰਕੁਰਾ ਉੱਤਾਂ ਦੀ ਆਪ ਹੋਈ ਜਾਣੀਆਂ ਬਿੰਗੀਆਂ ਬੁੰਗੀਆਂ ਉੱਤੋਂ ਕਹੋਗੀਆਂ ਟੇੜਾ ਹੈ ਪਰ ਮੇਰਾ ਵੀ ਜਿੱਦਾਂ ਦੀ ਬਿੰਗੀ ਟੇਢੀ ਤੂੰ ਉੱਦਾਂ ਦਾ ਤੇਰਾ ਸਾਲਾ ਕੁਰਕੁਰਾ। ਇੱਕ ਸਕੂਟਰੀ ਚਲਾਉਣ ਲੱਗੀਆਂ ਮੂੰਹ ਸਿਰ ਇੱਦਾਂ ਲਪੇਟ ਲੈਂਦੀਆਂ ਇੱਦਾਂ ਲਪੇਟ ਲੈਂਦੀਆਂ ਵੀ ਜਿੱਦਾਂ ਸਕੂਟਰੀ ਨਹੀਂ ਤੂੜੀ ਵਾਲਾ ਰੀਪਰ ਚਲਾਉਣ ਲੱਗੀਆਂ ਹੁੰਦੀਆਂ। ਪੁੱਤ ਮੈਂ ਬਾਹਰੋਂ ਗੋਹਾ ਕੂੜਾ ਕਰਕੇ ਆਈ ਤਾਂ ਦੇਖਿਆ ਬਹੁ ਛੱਤ ਪਚੜੀ ਹੋ। ਅੱਛਾ ਹਾਏ ਰੱਬਾ ਕਦੇ ਐ ਨੂੰ ਜਾਵੇ ਕਦੇ ਐ ਨੂੰ ਜਾਵੇ ਮੂੰਹ ਦੇ ਵਿੱਚ ਝੱਗ ਜੇ ਗੁਰਸ਼ ਜੇ ਛੱਡੀ ਜਾਵੇ। ਮੈਂ ਤਾਂ ਘਬਰਾ ਗਈ, ਮੈਂ ਖਰੇ ਬਹੁ ਨੂੰ ਕੋਈ ਓਬਰੀ ਕਸਰ ਹੋ ਗਈ। ਮੈਂ ਨੱਠ ਕੇ ਕੋਲ ਚਲ ਗਈ, ਮੈਂ ਕਿਹਾ ਪੁੱਤ ਧੀਏ ਬਹੁ ਤੈਨੂੰ ਕੀ ਹੋ ਗਿਆ, ਤੂੰ ਕਦੇ ਐ ਨੂੰ ਜਾਨੀ ਕਦੇ ਐ ਨੂੰ ਜਾਨੀ ਮੂੰਹ ਵਿੱਚ ਆ ਪੁਰਸ਼ ਜੇ ਝੱਗ ਜੇ ਛੱਡੀ ਜਾਨੀ ਹੈ। ਬਣਾ ਸਵਾਰ ਕੇ ਕਹਿੰਦੀ ਮੈਂ ਤਾਂ ਸੈਰ ਕਰਦੀ ਸੈਰ ਕੋਠੇ ਤੇ ਕੋਠੇ ਤੇ ਸੈਰ ਕਰੇ ਸੈਰ ਸੂਰ ਕੋਈ ਨੀ ਬੁੜੀਏ ਸਾਰੀ ਗੁਆਂਢੀ ਕਾੜਦੀ ਹੁਣ ਸਾਰੇ। ਪੁੱਤ ਦੇਖ ਲੈ ਤੇਰੇ ਬਾਪੂ ਨਾਲ ਤੜਕੇ 4 ਵਜੇ ਉੱਠ ਕੇ ਜਾਣਾ ਖੇਤਾਂ ਨੂੰ, 10 ਵਜੇ ਖੇਤ ਬਾਹ ਬੀਜ ਕੇ ਘਰ ਨੂੰ ਮੁੜ ਆਉਣਾ। ਮੈਂ ਮਗਰ ਕੇਰਾ ਕਰਦੀ ਨੇ ਹੋਣਾ, ਕਿੰਨੇ ਕਿਲੋਮੀਟਰ ਦੀ ਸੈਰ ਬਣਦੀ ਆ ਪੁੱਤ, ਕਿਤੇ ਵਿਹੜੇ ਵਿੱਚ 20-20 ਚਰਖੇ ਗੂੰਜਣੇ। ਮੈਂ ਸੀਗਾ ਨਿੱਕਾ ਜਿਹਾ ਬੇਬੇ, ਨਿੱਕਾ ਸ਼ੱਕ ਹੋਣਾ ਸ਼ਰਤ ਸਾਰੀ, ਤੂੰ ਪੂਰਾ ਸ਼ਰਾਰਤੀ ਸੀਗਾ, ਜਾਣਾ ਤਾਂ ਮਾਂ ਲਈ ਆ, ਕਦੇ ਤੈ ਮੇਰੀ ਮਾਂ ਤੋੜ ਦੇਣੀ ਕਦੇ ਤੱਕਲਾ ਬਿੰਗਾ ਕਰ ਦੇਣਾ। ਪੁੱਤ 20-20 ਚਰਖੇ ਗੂੰਜਣੇ, ਕੁੜੀਆਂ ਨੇ ਸੁਹਾਗ ਗਾਣੇ, ਘੋੜੀਆਂ ਗਾਣੀਆਂ, ਮਰ ਜਾਣੀਆਂ ਨੇ ਸੁਹਾਗ ਗਾਉਂਦੀਆਂ ਗਾਉਂਦੀਆਂ ਨੇ ਰੋਣ ਲੱਗ ਪਾਉਣਾ। ਇੱਧਰ ਪੁੱਤ ਕਿਤੇ ਤੰਦ ਪਾਉਣਾ, ਕਿੱਦਾਂ ਬੇਟਾ ਤੰਦ ਪਾਉਣਾ, ਪੁੱਤ ਗੁੱਡੀ ਨੂੰ ਛੱਡ ਕੇ ਫੇਰ ਫੜਨਾ। ਬੇਬੇ ਸਾਰਿਆਂ ਨੂੰ ਪਤਾ ਵੀ ਏਦਾਂ ਪੋਲੀ ਜੇ ਪੂਰੀ ਫੜਨੀ ਪੈਂਦੀ, ਏਦਾਂ ਚਰਖਾ ਘੁੰਮਦਾ, ਤੰਦ ਏਦਾਂ ਪੈਂਦਾ, ਆ ਤੇਰੀ ਉਂਗਲੀ ਦਾਤੇ ਮੰਗਾਉਣਿਆ ਦੁਖਦੀ ਆ, ਦੁਖਦੀ ਕੋਈ ਨੀ। ਮੈਂ ਪਹਿਲਾਂ ਕਿਹਾ ਨਿੱਕਾ ਬਸ਼ੱਕ ਸੀ ਸੁਰਤ ਸਾਰੀ ਸੀ, ਕਿੱਦਾਂ ਸਾਹਮਣੇ ਹੁੰਦਾ ਸੀ ਬੁੜਾ, ਬੁੜੀਆਂ ਹੁੰਦੀਆਂ ਸੀ ਜ਼ਿਆਦੇ, ਬੋਲਦੀ ਹੁੰਦੀ ਨੀ ਸੀ, ਬਹਾਨੇ ਨਾਲੇ ਕਹਿੰਦੀ ਹੁੰਦੀ ਸੀ। ਉਹ ਵੀ ਬਹਿ ਬਹਿ ਕੇ ਨਿਕਲ ਜਾਂਦਾ ਸੀ, ਨਾ ਪਤਾ ਲੱਗਦਾ ਬੰਦਾ ਨਿਕਲ ਗਿਆ ਕੁੱਤਾ ਨਿਕਲ ਗਿਆ ਕੋਈ। ਬੇਬੇ ਮੇਰੀ ਗੱਲ ਸੁਣ, ਇਹ ਬਿਮਾਰੀ ਪੈਣੇ ਨੇ ਏਦੀ ਬਣੀ ਰਹਿਣਾ, ਤੂੰ ਅੰਦਰ ਜਾ ਕੇ ਕੰਮ ਕਰਦੇ ਫਿਰ, ਇਹਨੂੰ ਤਾਂ ਮੈਂ ਸਮਝਾਉਂਦੀ ਹਾਂ। ਹਾਂ ਪੁੱਤ ਧੀਏ ਬਹੂ ਘਰ ਦੇ ਵਿੱਚ ਏਦਾਂ ਪਿਆਰ ਥਪਾਕ ਨਾਲ ਰਹਿਣਾ ਚਾਹੀਦਾ। ਸੱਸ ਉਹ, ਅੱਛਾ ਸੱਸ ਉਹ ਜਿਹੜੀ ਨੌਂ ਨੂੰ ਧੀ ਸਮਝੇ, ਨੌਂ ਉਹ ਜਿਹੜੀ ਸੱਸ ਨੂੰ ਮਾਂ ਸਮਝੇ। ਪੁੱਤ ਘਰ ਏਦਾਂ ਵਸਦੇ ਹੁੰਦੇ ਆ, ਤੇ ਪ੍ਰਾਹੁਣਾ ਆਪਣੀ ਸਾਲੀ ਨੂੰ ਕੀ ਸਮਝੇ, ਅਸੀਂ ਨਾ ਕੁਛ ਸਮਝੀਏ, ਸਾਡੀ ਮਾਂ ਨੂੰ ਮਾਂ ਮਰ ਜਾਂਦੀ ਆ। ਮੈਂ ਕਿਹਾ ਜੀ ਇਹ ਬੁੜੀ ਦੇ ਠੰਡ ਪਾਤੀ, ਸਾਡੇ ਵੀ ਪਾ ਦਿਓ, ਗਰਮੀਆਂ ਨੂੰ ਗਰਮੀ ਹੋਏ ਪਏ ਆ। ਆਹਾ ਏਦਾਂ ਨਾ ਕਰੋ, ਤੇਰੀ ਭਾਬੀ ਮੂਵੀ ਆਇਆ ਬਰਫ ਦਾ ਡੌਂਗਾ ਹੀ ਰੱਖ ਹੋ ਗਿਆ। ਮੇਠੇ ਬਾਬੂ ਜੀ ਹੈ, ਬਾਬੂ ਜੀ ਸ਼ੁਕਰ ਆ ਮਾਲਕ ਦਾ, ਜਿਹੜੀ ਜਨਾਨੀ ਕੁੱਤੇ ਬਿੱਲੀ ਤੋਂ ਸ਼ੁਰੂ ਹੁੰਦੀ ਅੱਜ ਕਹਿੰਦੀ ਮੇਰੇ ਬਾਬੂ ਜੀ ਇਹ ਇੰਨਾ ਪਿਆਰ ਨਾ ਕਰ, ਮੈਨੂੰ ਰੋਣਾ ਆਉਂਦਾ, ਦੁਬਾਰਾ ਬੋਲ ਮੈਨੂੰ ਬਹੁਤ ਮਜ਼ਾ ਜੀ ਆ। ਬਾਬੂ ਜੀ ਅੰਦਰ ਚੱਲੀਏ, ਹੋਏ ਉਹ ਮੂਵੀ ਵਾਲਿਆ ਕਹਿੰਦੀ ਚੱਕਵੰਦ ਹੇ ਬਾਬਾ ਜੀ ਮੇਰੀ ਬੋਡੀ ਨੂੰ ਇੱਦਾਂ ਹੀ ਸੂਤ ਰੱਖਿਓ, ਮੈਂ ਤੁਹਾਡੇ ਦਰਬਾਰ ਤੇ 5 ਰੁਪਏ ਦੇ ਪਤਾਸੇ ਚੜਾ ਕੇ ਉੱਥੇ ਬਹਿ ਕੇ ਇਕੱਲਾ ਹੀ ਖਾਊਂ, ਕਿਸੇ ਨੂੰ ਨਹੀਂ ਦੇਣੇ ਮੇਰੀ ਬੋਡੀ ਦਾ ਪਿਆਰ ਦਾ ਵੰਡ। ਦੁਬਾਰਾ ਬੋਲੀ ਮੈਂ ਮਰ ਜਾਣੇ ਅੰਦਰ ਝੂਠੇ ਭਾਂਡੇ ਪਏ, ਤੇਰੇ ਬੁੜਾ ਨਹੀਂ ਮੰਨਿਆ ਜਾਣੇ ਮੰਨ ਲਾ। ਬਾਬਾ ਜੀ ਪਤਾਸੇ ਕੈਂਸਲ, ਸਿਆਣੇ ਨੇ ਸੱਚ ਕਿਹਾ
जनानी जिनी मर्जी मिठी प्यारी हो जाए, ये सारी करतूतों बाद हजरत आदानी जी इस प्यार की हाथ भी करते हैं।